ਅੱਛਾ ਜੀ ਇਹ ਦੱਸੋ ਕਿ ਕਿੰਨੀ ਦੇਰ ਹੋ ਗਈ ਤੁਹਾਡੀ ਸ਼ਾਦੀ ਨੂੰ ਸਾਡੀ ਸ਼ਾਦੀ ਨੂੰ ਮਾਸ਼ਾਅੱਲਾ 25 ਸਾਲ ਹੋ ਗਏ ਨੇ ਤੇ ਮੈਂ ਅੱਜ ਤੱਕ ਨਹੀਂ ਇਹਨਾਂ ਦੇ ਅੱਗੇ ਬੋਲਿਆ ਕਿਉਂ ਉਹਦੀ ਵਜ੍ਹਾ ਹੈ ਨਾ ਸਭ ਤੋਂ ਪਹਿਲਾਂ ਰਿਸ਼ਤਾ ਦੁਨੀਆ ਦੇ ਉੱਤੇ ਜਿਹੜਾ ਨਾ ਉਹ ਮੀਆਂ ਬੀਵੀ ਦਾ ਹੈ ਸਭ ਤੋਂ ਪਹਿਲਾਂ ਜਿਹੜਾ ਰਿਸ਼ਤਾ ਹੈ ਮੈਂ ਤਾਂ ਸੁਣਿਆ ਪਹਿਲਾਂ ਮੀਆਂ ਅੱਬੂ ਤਾਂ ਹੁੰਦਾ ਨਾ 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 ਮੀਆਂ ਅੱਬੂ ਤੇ ਬਣਿਆ ਹੀ ਬਾਅਦ ਚ ਅੱਛਾ ਸਭ ਤੋਂ ਪਹਿਲੇ ਰਿਸ਼ਤਾ ਹੀ ਮੀਆਂ ਬੀਵੀ ਦਾ ਹੈ ਅੱਛਾ ਮੀਆਂ ਬੀਵੀ ਬਾਬੇ ਆਦਮ ਤੋਂ ਸ਼ੁਰੂ ਹੋ ਗਿਆ ਬਾਬੇ ਆਦਮ ਤੇ ਜਿਹੜਾ ਸਭ ਤੋਂ ਵੱਡਾ ਰਿਸ਼ਤਾ ਹੈ ਤੇ ਉਸ ਰਿਸ਼ਤੇ ਨੂੰ ਲੈ ਕੇ ਤੇ ਮੈਂ ਬੜੀ ਇੱਜ਼ਤ ਕਰਨਾ ਬਾਕੀ ਜਿੰਨੇ ਆ ਕਾਮ ਆਏ ਦੇ ਉਹਨਾਂ ਨੂੰ ਤੁਸੀਂ ਫਾਲੋ ਨਹੀਂ ਕੀਤਾ ਜਿਹੜਾ ਪਹਿਲਾਂ ਉਹਨੂੰ ਕਰ ਲਿਆ ਅਸੀਂ ਤਾਂ ਪਹਿਲੇ ਨਹੀਂ ਵੇਖਣਾ ਨਾ ਜਿੱਥੋਂ ਗੱਲ ਟੁਰੀ ਵਾ ਵਾ ਤੇ ਅੱਛਾ ਤੁਸੀਂ ਇਹਨਾਂ ਦਾ ਅਦਬ ਜਿਹੜਾ ਹੈ ਮਤਲਬ ਉਹ ਵੱਡਿਆਂ ਜਿੰਨਾ ਹੀ ਕਰਦੇ ਹੋ ਵੱਡਿਆਂ ਦਾ ਜ਼ਿਆਦਾ ਕਰਨਾ ਕਿਉਂਕਿ ਇੱਕ ਤਾਂ ਸਰਦੀ ਬ ਤੇ ਉਤੋਂ ਮੈਂ ਬਿਮਾਰ ਲੰਨਾ ਹੈ ਤੇਰਾ ਜੁਦਾ ਸਾਲ 14 ਸਾਲ ਮੇਰੇ ਪਿੱਛੇ ਇਹਨਾਂ ਨੇ ਆਪਣੇ ਤੁਹਾਨੂੰ ਸ਼ਰਮ ਨਹੀਂ ਆਈ 14 ਸਾਲ ਦੀ ਬੱਚੀ ਨੂੰ ਇਹ ਆਫਰ ਕਰਦੇ ਆ ਨਹੀਂ ਨਹੀਂ ਤੇ ਮੈਂ ਆਪ ਛੋਟਾ ਸੀ ਮੈਂ ਵੀ ਛੋਟਾ ਹੀ ਸੀ ਜਿੰਨੀ ਦੇ ਤੱਕ ਅਦਬ ਕਰਦੇ ਰਹਿਣਗੇ ਸੁਹੀ ਰਹਿਣਗੇ ਜਿੱਥੇ ਪੰਗਾ ਪਾਇਆ ਉਥੇ ਨਾ ਦੀਨ ਦੁਨੀਆ ਸਭ ਖਤਮ ਹੋ ਜਾਏਗਾ ਅੱਛਾ ਜਿਹੜੀ ਗੱਲ ਰਨ ਮਰੀਦ ਇਹ ਐਵੇਂ ਨਹੀਂ ਇਹਦੇ ਵਿੱਚ ਕੋਈ ਗੱਲ ਹੈ ਸਰ ਬੜੀ ਲੌਜੀਕ ਹੈ ਔਰ ਦੁਨੀਆ ਚ ਘਰ ਵਸਣੀ ਉਹਨਾਂ ਦੇ ਡੈਨ ਹੈ ਖੈਰ ਨਾ ਭਾਵੇਂ ਕੋ ਥਾਣੇਦਾਰ ਹੈ ਭਾਵੇਂ ਕੋ ਐਮਐਨਏ ਭਾਵੇਂ ਕੋ ਐਮਪੀ ਹੈ ਇਹਦੇ ਚ ਮਜ਼ਾਕ ਤੋਂ ਇਲਾਵਾ ਜਿਹੜੀ ਗੱਲ ਸੰਜੀਦਗੀ ਵਾਲੀ ਹੈ ਦੇਖੋ ਜੀ ਹਰ ਜ਼ੀਰੂ ਜਿਹੜਾ ਅੱਲਾ ਨੇ ਪੈਦਾ ਕੀਤਾ ਹੈ ਸਾਰੋ ਕਾਬਲੇ ਇਤਰਾਮ ਹੈ ਮੇਰੇ ਅੱਲਾ بسم اللہ الرحمن الرحیم ناظرین ਤੁਹਾਡੀ خدمت ਸਾਹਦੇ ਤੁਹਾਡਾ ਹੋਸਟ ਬਾਬਰ 베ਗ ਅੱਜ ਮੈਂ ਮੇਰੇ ਦੋਸਤ ਨੇ ਰਾਣਾ ਜਸਰ ਸਾਹਿਬ ਇਹਨਾਂ ਦੇ ਕੋਲ ਆਇਆ ਮੈਂ ਤੇ ਇਹ ਜਨਾਬ ਫੈਮਲੀ ਆਈ ਹੈ ਇਹਨਾਂ ਕੋਲ ਤੇ ਇਹ ਜਨਾਬ ਲਵ ਮੈਰਿਜ ਸ਼ਾਦੀ ਹੈ ਜੀ ਇਹਨਾਂ ਦੀ ਤੇ ਮੈਂ ਇਹਨਾਂ ਨੂੰ ਐਗਰੀ ਕੀਤਾ ਗੱਲ ਕਰਨ ਵਾਸਤੇ ਉਹਨਾਂ ਨੂੰ ਮੈਂ ਪੁੱਛਿਆ ਕਿ ਸ਼ਾਦੀ ਔਰ ਇਹਨਾਂ ਨੇ ਮੈਨੂੰ ਗੱਲਾਂ ਬੜੀਆਂ ਹੀ ਮਜ਼ੇਦਾਰ ਦਸੀਆਂ ਨੇ ਐ ਕਿਆ ਰਹੇ ਨੇ ਜੀ ਇਹਨਾਂ ਦੀ ਜਿਹੜੀ ਵਾਈਫ ਨੇ ਕਹਿ ਰਹੇ ਨੇ ਕਿ ਮੇਰੇ ਹਸਬੰਦ ਜਿਹੜੇ ਨੇ ਮੇਰੇ ਤੋਂ ਸਵਾ ਮਹੀਨਾ ਵੱਡੇ ਨੇ ਛੋਟੇ ਨੇ ਛੋਟੇ ਨੇ ਸਵਾ ਮਹੀਨਾ ਛੋਟੇ ਨੇ ਛੋਟੇ ਨੇ ਤੇ ਮੈਂ ਫਿਰ ਵੀ ਇਹਨਾਂ ਦੀ ਇੱਜ਼ਤ ਕਰਨਾ ਮੈਂ ਛੋਟਾ ਹੋ ਕੇ ਵੀ ਇਹਨਾਂ ਦੀ ਇੱਜ਼ਤ ਕਰਨਾ ਇੱਜ਼ਤ ਕਰਨੀ ਕਿਉਂਕਿ ਔਰ ਇਹ ਜਨਾਬ ਸਾਡੇ ਲਾडले ਖਾਵਦੇ ਹਾਂ ਜੀ ਹਾਂਜੀ ਲੇਕਿਨ ਰਾਣਾ ਸਾਹਿਬ ਮਨੂੰ ਇਹਨਾਂ ਦੀ ਇੱਕ ਚੀਜ਼ ਨੇ ਬੜਾ ਇਨਸਪਾਇਰ ਕੀਤਾ ਸਰ ਇਹ ਆਪਣੀ ਬੇਗਮ ਨੂੰ ਬੁਲਾਉਂਦੇ ਏ ਜੀ ਨੇ ਕਿ ਜਿਵੇਂ ਅਮੀ ਨੂੰ ਬੁਲਾਈਦਾ ਇਹ ਅੱਛੀ ਗੱਲ ਹੈ ਦੇਖੋ ਜੀ ਕਹਿੰਦੇ ਨੇ ਬੀਵੀਆਂ ਗੁੱਜੀ ਗੁੱਜੀ ਮਾਂ ਹੁੰਦੀਆਂ ਨੇ ਔਰ ਇਹ ਦੇਖੋ ادب ਕਰਨਗੇ ਨਾ ਤੇ ਵਸਦੇ ਰਹਿਣਗੇ ਇਹ ਬੜਾ ਵੱਡਾ ਕੁਲੀਆ ਹੈ ਅੱਛਾ ਜੀ ਹਾਂ ਜੀ ਇਹ ਕੁਲੀਆ ਹੈ ਕਿ ਜਿੰਨੀ ਦੇਰ ਤੱਕ ادب ਕਰਦੇ ਰਹਿਣਗੇ ਸੁખી ਰਹਿਣਗੇ ਜਿੱਥੇ ਪੰਗਾ ਪਾਇਆ ਉਥੇ ਨਾ ਦੀਨ ਦੁਨੀਆ ਸਭ ਖਤਮ ਹੋ ਜਾਏਗੀ ਅੱਛਾ ਜਿਹੜੀ ਗੱਲ ਰਨ ਮਰੀਦ ਇਹ ਐਵੇਂ ਨਹੀਂ ਇਹਦੇ ਦੀ ਕੋ ਗੱਲ ਹੈ ਸਰ ਬੜੀ ਲਾਜਿਕ ਹੈ ਔਰ ਦੁਨੀਆ ਚ ਘਰ ਵਸਣੀ ਉਹਨਾਂ ਦੇ ਡੈ ਨੇ ਖੈਰ ਨਾ ਭਾਵੇਂ ਕੋ ਥਾਣੇਦਾਰ ਹੈ ਭਾਵੇਂ ਕੋ ਐਮਐਨਏ ਭਾਵੇਂ ਕੋ ਐਮਪੀ ਹੈ ਇਹਦੇ ਚ ਮਜ਼ਾਕ ਤੋਂ ਇਲਾਵਾ ਜਿਹੜੀ ਗੱਲ ਸੰਜੀਦਗੀ ਵਾਲੀ ਹੈ ਦੇਖੋ ਜੀ ਹਰ ਜ਼ੀ ਰੂਹ ਜਿਹੜਾ ਅੱਲਾ ਨੇ ਪੈਦਾ ਕੀਤਾ ਹੈ ਸਾਰੋ ਕਾਬਲੇ ਇਤਰਾਮ ਹੈ ਮੇਰੇ ਅੱਲਾ ਦੀ ਤਖਲੀਕ ਜੋ ਹੀ ਚਾਹੇ ਔਰਤ ਹੈ ਚਾਹੇ ਮਰਦ ਹੈ ਹਾਂ ਇਹ ਜ਼ਰੂਰ ਹੈ ਅੱਲਾ ਨੇ ਮਰਦ ਨੂੰ ਅਫਜ਼ਲੀਅਤ عطا ਫਰਮਾਈ ਹੈ ਅੱਲਾ ਹੀ ਹੈ ਅੱਲਾ ਸ਼ੀ ਨਹੀਂ ਹੈ ਕੋਈ ਨਬੂਵਤ ਅੱਲਾ ਨੇ ਕਿਸੇ ਖਾਤੂਨ ਨੂੰ عطا ਨਹੀਂ ਕੀਤੀ ਇਹਦੇ باوجود ਇਸਲਾਮ ਨੂੰ ਇਸਲਾਮ ਨੇ ਖਾਤੂਨ ਨੂੰ ਬਹੁਤ ਇੱਜ਼ਤ ਨਵਾਜ਼ਿਆ ਇਸ ਹਵਾਲੇ ਨਾਲ ਮੈਂ ਸਮਝਦਾ ਕਿ ਮੀਆਂ-ਮੀਵੀ ਦਾ ਇਹੜਾ ਬਹੁਤ ਪਰਸਨਲ ਰਿਸ਼ਤਾ ਹੈ ਉਹ ਕਮਰੇ ਦੀ ਲਾਈਫ ਤੋਂ ਬਾਅਦ ਇੱਕ ਦੂਜੇ ਨੂੰ ਸਭ ਦੀ ਇੱਜ਼ਤ ਕਰਨੀ ਚਾਹੀਦੀ ਹੈ ਔਰ ਮੀਆਂ ਨੂੰ ਵੀ ਇੱਜ਼ਤ ਕਰਨੀ ਚਾਹੀਦੀ ਹੈ ਔਰ ਖਾਮ ਖਾਤੂਨ ਨੂੰ ਆਪਣੇ ਮੀਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਜੇ ਔਰ ਜਿਸ ਆਈ ਐਮ ਸੌਰੀ ਜਿਸ ਰਿਸ਼ਤੇ ਦੇ ਵਿੱਚ ਇhtram ਨਹੀਂ ਹੁੰਦਾ ਮੁਹੱਬਤ ਦੇ ਵਿੱਚ ਇhtram ਨਹੀਂ ਹੁੰਦਾ ਔਰ ਰਿਸ਼ਤੇ ਚੱਲਦੇ ਨਹੀਂ ਸਰ ਇੱਜ਼ਤ ਬਹੁਤ ਜ਼ਰੂਰੀ ਹੈ अच्छा जी ये दसो कि किन्नी देर होगी ਤੁਹਾਡੀ شادی ਨੂੰ ਸਾਡੀ شادی ਨੂੰ ਮਾਸ਼ਾਅੱਲਾ 25 ਸਾਲ ਹੋ ਗਏ ਨੇ ਤੇ ਮੈਂ ਅੱਜ ਤੱਕ ਨਹੀਂ ਇਹਨਾਂ ਦੇ ਅੱਗੇ ਬੋਲਿਆ ਕਿਉਂ ਉਹਦੀ ਵਜ੍ਹਾ ਹੈ ਨਾ ਸਭ ਤੋਂ ਪਹਿਲਾਂ ਰਿਸ਼ਤਾ ਦੁਨੀਆ ਦੇ ਉੱਤੇ ਜਿਹੜਾ ਨਾ ਉਹ ਮੀਆਂ ਬੀਵੀ ਦਾ ਹੈ ਸਭ ਤੋਂ ਪਹਿਲਾਂ ਜਿਹੜਾ ਰਿਸ਼ਤਾ ਹੈ ਮੈਂ ਤਾਂ ਸੁਣਿਆ ਪਹਿਲਾਂ ਮੀ ਆਪੂ ਤਾਂ ਹੁੰਦਾ ਨਾ 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 ਮੀ ਆਪੂ ਤੇ ਬਣਿਆ ਹੀ ਬਾਅਦ ਚ ਅੱਛਾ ਸਭ ਤੋਂ ਪਹਿਲੇ ਰਿਸ਼ਤਾ ਹੀ ਮੀਆਂ ਬੀਵੀ ਦਾ ਹੈ ਅੱਛਾ ਮੀਆਂ ਬੀਵੀ ਬਾਬੇ ਆਦਮ ਤੋਂ ਸ਼ੁਰੂ ਹੋਵੇ ਬਾਬੇ ਆਦਮ ਤੋਂ ਜਿਹੜਾ ਸਭ ਤੋਂ ਵੱਡਾ ਰਿਸ਼ਤਾ ਹੈ ਤੇ ਉਸ ਰਿਸ਼ਤੇ ਨੂੰ ਲੈ ਕੇ ਤੇ ਮੈਂ ਬੜੀ ਇੱਜ਼ਤ ਕਰਨਾ ਬਾਕੀ ਜਿੰਨੇ ਆ ਕਾਮ ਆ ਇਹਦੇ ਉਹਨਾਂ ਨੂੰ ਤੁਸੀਂ ਫਾਲੋ ਨਹੀਂ ਕੀਤਾ ਜਿਹੜਾ ਪਹਿਲਾਂ ਉਹਨੂੰ ਕਰ ਲਿਆ ਅਸੀਂ ਤਾਂ ਪਹਿਲੇ ਨਹੀਂ ਵੇਖਣਾ ਜਿੱਥੋਂ ਗੱਲ ਟੁਰੀ ਵਾਹ ਵਾਹ ਤੇ ਅੱਛਾ ਤੁਸੀਂ ਇਹਨਾਂ ਦਾ ਅਦਬ ਜਿਹੜਾ ਹੈ ਮਤਲਬ ਉਹ ਵੱਡਿਆਂ ਜਿੰਨਾ ਹੀ ਕਰਦੇ ਹੋ ਵੱਡਿਆਂ ਤੋਂ ਜ਼ਿਆਦਾ ਕਰਦਾ ਕਿਉਂਕਿ ਇੱਕ ਤਾਂ ਸਰਦੀ ਬਹੁਤ ਜ਼ਿਆਦਾ ਹੈ ਤੇ ਉਤੋਂ ਮੈਂ ਬਿਮਾਰ ਰਹਿੰਦਾ ਤੇ ਜਿਹਦੀ ਬਾਤੋ ਕਿ ਮੇਰੀ ਦੇਖਭਾਲ ਮੇਰਾ ਜੀਵਨ ਸਾਥੀ ਹੈ ਕਦੀ ਇਹ ਮੈਨੂੰ ਛੱਡ ਕੇ ਨਹੀਂ ਗਿਆ ਲੇਕਿਨ ਸਰਦੀ ਵਾਲੀ ਗੱਲ ਬਣਵਾ ਜੀ ਕਿ ਸਰਦੀ ਦੇ ਸਰਦੀ ਦੀ ਵਜ੍ਹਾ ਤੁਸੀਂ ਬੀਵੀ ਦੀ ਇੱਜ਼ਤ ਉਹ ਸਰ ਕੋਲੇ ਕੋਲੇ ਬਾਲ ਕੇ ਦਿੰਦੀ ਮੈਨੂੰ ਅੱਛੇ ਕੋਲੇ ਬਾਲ ਕੇ ਕੋਲੇ ਬਾਲ ਕੇ ਦਿੰਦੀ ਚਾਹ ਗਰਮ ਕਰਕੇ ਦਿੰਦੀ ਅੱਛਾ ਜੀ ਤੁਹਾਡੇ ਜਿਹੜੇ ਖਾਵਨ ਨੇ ਤੁਹਾਡੀ ਸ਼ਾਦੀ ਲਵ ਮੈਰਿਜ ਹੈ ਹਾਂਜੀ ਤੇ ਪਹਿਲਾਂ ਪਿਆਰ ਕਿਨੂੰ ਹੋਇਆ ਸੀ ਇਹਨੂੰ ਅੱਛਾ ਇਹਨੂੰ ਲੋ ਜੀ ਦੇਖੋ ਨਾਜ਼ਰੀਨ ਕੈਸੀ ਮਜ਼ੇਦ ਦੀ ਬਾਤ ਹੈ ਕੈਸੀ ਉਲਟੀ ਗੰਗਾ ਵਹਿ ਰਹੀ ਹੈ ਉਹ ਨਾਂ ਲੈ ਕੇ ਬਲਾਂ ਛੋਟਾ ਨਾਂਜ ਮਤਲਬ ਖਾਵੰਦ ਤੇ ਖਾਵੰਦ ਨੂੰ ਜਨਾਬ ਉਹ ਨਾਂ ਲੈ ਕੇ ਇਹਨੂੰ ਪਹਿਲਾਂ ਪਿਆਰ ਹੋਇਆ ਤੇ ਉਹ ਕਹਿ ਰਹੇ ਨੇ ਇਹਨਾਂ ਨੂੰ ਦੇਖੋ ਇਹ ਕਹੀ ਜਨਾਬ ਟੇਸਟ ਹੈ ਅੱਛਾ ਜੀ ਤੇ ਪਹਿਲਾਂ ਇਹਨਾਂ ਨੇ ਫਿਰ ਇਜ਼ਹਾਰ ਕੀਤਾ ਇਹਨਾਂ ਹਾਂਜੀ ਇਹਨਾਂ ਨੇ ਫਿਰ ਗੱਲ ਕੀਤੀ ਹੈ ਜੀ ਕਿੰਨੀ ਉਮਰ ਸੀ ਤੁਹਾਡੀ ਐਮੀ ਤੇਰਾ ਜੁਦਾ ਸਾਲ 14 ਸਾਲ ਮੇਰੇ ਪਿੱਛੇ ਇਹਨਾਂ ਨੇ ਆਪਣੇ ਇਹ ਤੁਹਾਨੂੰ ਸ਼ਰਮ ਨਹੀਂ ਆਈ 14 ਸਾਲ ਦੀ ਬੱਚੀ ਨੂੰ ਇਹ ਆਫਰ ਕਰਦੇ ਆ ਨਹੀਂ ਨਹੀਂ ਤੇ ਮੈਂ ਆਪ ਛੋਟਾ ਸੀ ਮੈਂ ਵੀ ਛੋਟਾ ਹੀ ਸੀ ਇਹ ਨਹੀਂ ਕਿ ਮੈਂ ਉਦੋਂ ਵੱਡਾ ਸੀ ਤਾਂ ਤੁਹਾਡੀਆਂ ਛੋਟੀਆਂ ਹੁੰਦੀਆਂ ਹਰਕਤਾਂ ਠੀਕ ਨਹੀਂ ਸਨ ਨਹੀਂ ਨਹੀਂ ਹਰਕਤਾਂ ਨਹੀਂ ਉਹ ਮੁਹੱਬਤ ਹੈ ਨਾ ਤੇ ਮੁਹੱਬਤ ਜਦੋਂ ਅੰਦਰੋਂ ਬੋਲਦੀ ਹੈ ਤਾਂ ਫਿਰ ਰੁਕਿਆ ਨਹੀਂ ਜਾਂਦਾ ਤੇ ਇਹਨਾਂ ਨੇ ਵੀ ਮੇਰੀ ਖਾਤਰ ਆਪਣੀ والدہ ਕੋਲੋਂ ਫੂਕਣੀਆਂ ਖਾਧੀਆਂ ਹੀ ਉਹ ਤੁਹਾਡੀ ਖੈਰ ਹੋ ਜੇ ਫੂਕੜੀਆਂ ਜਿਹੜੀ ਜਨ ਚੁੱਲਾ ਵਾਲੀ ਦਾ ਚੁੱਲਾ ਵਾਲੀ ਦਾ ਲੰਮੀ ਜੀ ਹੁੰਦੀ ਹੈ ਉਹ ਉਹ ਫੂਕੜੀ ਨਾ ਕੁੱਟਾਂ ਖਾਦੀਆਂ ਨੇ ਮੇਰੇ ਪਿੱਛੇ ਕੁੱਟਾਂ ਖਾਦੀਆਂ ਹਈਆਂ ਤੇ ਮੈਨੂੰ ਉਹ ਗੱਲਾਂ ਯਾਦ ਹੈਗੀਆਂ ਇਹ ਹੁਣ ਤੁਹਾਨੂੰ ਪਤਾ ਲੱਗਾ ਕਿ ਤੁਹਾਡਾ ਇਹ ਹਸ਼ਰ ਕਿਉਂ ਵੇ ਕੁੱਟਾ ਖਾਗਾ ਪਿੱਛੇ ਸਮਝ ਆਈ ਤੁਹਾਨੂੰ ਕਿ ਤੁਹਾਨੂੰ ਸਜ਼ਾ ਦੁਨੀਆ ਦੀ ਮਿਲ ਗਈ ਹੈ ਨਹੀਂ ਬਹੁਤ ਅੱਛੇ ਹਨ ਬੜਾ ਖਿਆਲ ਆ ਕਿੱਡੇ ਕੱਛੇ ਨੇ ਕੋਈ ਸਾਨੂੰ ਵੀ ਦੱਸੋ ਮਤਲਬ ਕੀ ਅਚਾਈ ਇਹਨਾਂ ਚ ਦੁਨੀਆ ਦੇ ਜਿੰਨੇ ਜੱਛੇ ਲੋਗ ਨੇ ਸਾਰਿਆਂ ਉਹਨਾਂ ਦੀਆਂ ਸਾਈਆਂ ਦੇ ਵਿੱਚ ਹੀ ਨੇ। ਅੱਛਾ ਜੀ। ਬਹੁਤ ਅੱਛੀ ਨੇ। ਪੰਜੀ ਸਾਲ ਦੇ ਵਿੱਚ ਲੜਾਈ ਕਿੰਨੀ ਵਾਰੀ ਹੋਈ ਹੈ? ਸੱਚੀ ਸੱਚੀ ਦੱਸਣੀ ਤੁਸੀਂ ਇਹ ਛੂਡਨੀ ਇਸ ਗੱਲ 'ਚ ਬੋਲਣਾ। ਲੜਾਈਆਂ ਹੁੰਦੀਆਂ ਰਹਿੰਦੀਆਂ। ਨਹੀਂ ਹੋਈ ਹੈ, ਮੇਰੇ ਨਾਲ ਨਹੀਂ ਹੋਈ। ਮੈਂ ਅਜੇ ਤੱਕ ਨਹੀਂ ਕੀਤੀ। ਤੁਸੀਂ ਤੇ ਰਾਨਾ ਮਰੀਦ ਹੋ ਨਾ, ਤੁਸੀਂ ਤੇ ਕਰ ਹੀ ਨਹੀਂ ਸਕਦੇ। ਤੁਸੀਂ ਤੇ ਥੱਲੇ ਲੱਗੇ ਹੋ। ਇਹ ਤੇ ਲੜਾਈ ਤੇ ਇਦਾਂ ਹੀ ਹੋਣੀ। ਅੱਛਾ ਜੀ। ਕਿੰਨੀ ਵਾਰ ਲੜਾਈ ਹੋਈ ਜੀ ਅੱਜ ਤੱਕ? ਕਾਫੀ ਦਫਾ ਹੋਈ ਹੈ। ਕਿਹੜੀ ਗੱਲ ਤੋਂ ਹੁੰਦੀ ਜ਼ਿਆਦਾ ਲੜਾਈ? ਨਹੀਂ ਹੋਣੀ ਤੁਸੀਂ ਬਾਹਰ ਦੀ ਲੈ ਕੇ ਜਾਂਦੇ ਹਾਂ ਬਾਹਰ ਦੀ ਲੈ ਕੇ ਜਾਂਦੇ ਬਾਹਰ ਪਾਕਿਸਤਾਨ ਤੋਂ ਬਾਹਰ ਕੇ ਨਹਿਰ ਵਾਲੀ ਸਾਈਡ ਤੇ ਇਧਰ ਨਹਿਰ پارک ਪੂਰਾ ਕਾਲੀ ਸਾਈਡ ਤੇ ਬਸ ਇੱਥੋਂ ਦੀ ਅੱਛਾ ਹਾਂ ਅੱਛਾ ਜੀ ਤੇ ਬੱਚੇ ਕਿੰਨੇ ਨੇ ਤੁਹਾਡੇ ਮਾਸ਼ਾਅੱਲਾ ਮੇਰੇ 5 ਬੱਚੇ ਨੇ ਸਹੀ ਕਹਿ ਰਹੇ ਹਾਂਜੀ ਅਕਸਰ ਕਈ ਦਫਾ ਲੋਕੀ ਕਹਿੰਦੇ ਨੇ ਉਹਨੇ ਪਹਿਲੀ ਦੂਜੀ ਸ਼ਾਦੀ ਕਰਾਈ ਹੈ ਤੁਹਾਨੂੰ ਘੜ ਕਿ ਲਿਆਇਆ ਹੈ ਉਹ ਤੁਹਾਡੇ ਤੋਂ ਜ਼ਿਆਦਾ ਵੱਡਾ ਉਹ ਤੁਹਾਡੇ ਬੱਚੇ ਨਹੀਂ ਲੱਗਦੇ ਉਹ ਤੁਹਾਡੇ ਭੈਣ ਭਰਾ ਨੇ ਤੁਸੀਂ ਝੂਠ ਬੋਲਦੇ ਈਏ ਅਕਸਰ ਪੁਲਿਸ ਵਾਲੇ ਸਾਨੂੰ ਕਈ ਦਫਾ ਰੋਕ ਲਿਆ अच्छा ओ केंदे बच्ची काट के ले आया हो ज्यादा जाने सी कि बस इतरो ही मोहब्बत रुकी रही है ते निते मेरे उल्ले ते मोहब्बत ਹਲੇ ਤੱਕ ਠੀਕ ਹੈ ਅੱਛਾ ਲਓ ਜੀ ਅੱਛਾ ਤੁਸੀਂ ਇਹ ਦੇਖੋ ਕਿ ਉਹ ਬੱਚੀ ਉਹਨਾਂ ਨੇ ਆਪਣੇ ਆਪ ਨੂੰ ਕਿੱ사 ਬਣਾਇਆ ਕਿ ਲੋਕ ਕਹਿੰਦੇ ਨੇ ਬੱਚੀ ਕੱਟ ਕੇ ਲਿਆਇਆ ਹਾਂਜੀ ਇਹ ਅਕਸਰ ਹੋ ਗਿਆ ਮੇਰੇ ਸਾਡੇ ਗਲੀ ਮੇਰੇ ਖੁਦਾ ਦਾ ਖੌਫ ਕਰੋ ਇਹ ਬੱਚੀ ਵਾਲੀ ਗੱਲ ਕਦੋਂ ਦੀ ਪਿੱਛੇ ਦੀ ਏ ਇਹ ਅੱਜ ਕੱਲ ਦੀ ਗੱਲਾਂ ਨੇ ਪਿੱਛੇ ਹੀ ਤੁਗ ਗਈ ਹੈ ਏ ਤੁਸੀਂ ਜਿਹੜਾ ਲਵ ਮੈਰਿਜ ਦਾ ਤਜਰਬਾ ਕੀਤਾ ਹੈ ਇੱਕ ਕਾਮਯਾਬ ਕਿ ਕਹੋਗੇ ਫਿਲਹਾਲ ਕਿਹਨੂੰ ਬੜੇ ਕਾਮਯਾਬ ਹੁੰਦੇ ਲੇਕਿਨ ਅੱਜਕੱਲ ਦਾ ਜ਼ਿਆਦਾ ਨਹੀਂ ਹੈ ਤੁਹਾਡਾ ਕਿਹਦਾ ਰਿਹਾ ਸਾਡਾ ਮਾਸ਼ਾਅੱਲਾ ਠੀਕ ਰਿਹਾ ਠੀਕ ਰਿਹਾ ਲੜਾਈ ਮੇਰੇ ਨਾਲ ਹੁੰਦੀ ਸੀ ਤਾਂ ਸੋਰੀ ਇਹ ਕਰ ਲੈਂਦੇ ਸੀ ਹਾਂ ਝੁਕ ਜਾਂਦੇ ਸੀਗੇ ਠੀਕ ਹੈ ਕਿ ਮੇਰੀ ਗਲਤੀ ਠੀਕ ਹੈ ਮੈਂ ਨਹੀਂ ਕਰਾਂਗਾ ਅੱਛਾ ਤੁਹਾਨੂੰ ਵਿਆਹ ਤੋਂ ਪਹਿਲਾਂ ਹੀ ਪਤਾ ਸੀ ਰਾਨ ਮਰੀਦ ਨੇ ਕਿ ਬਾਅਦ ਚ ਪਤਾ ਲੱਗਾ ਮਿੰਦ ਕਾਫੀ ਦਿਨ ਬਾਅਦ ਹੀ ਪਤਾ ਲੱਗਾ ਕਿ ਰਾਨ ਮਰੀਦ ਹੀ ਨੇ ਹਾਂਜੀ ਮਾਸ਼ਾਅੱਲਾ ਤੁਸੀ ਵੀ ਉਹਦਾ ਬਰਪੂਰ ਫਾਇਦਾ ਚੁੱਕਿਆ ਹੈ ਨਹੀਂ ਤੇ ਬੱਚੇ ਤੁਹਾਡੇ ਮਾਸ਼ਾਅੱਲਾ ਹੁਣ ਵੱਡੇ ਹੋ ਗਏ ਨੇ 25 ਸਾਲ ਹੋ ਗਏ ਨੇ ਤੁਹਾਡੇ ਵਿਆਹ ਨੂੰ ਹਾਂਜੀ ਵੱਡੀ ਬੇਟੀ ਮੇਰੀ ਮਾਸ਼ਾਅੱਲਾ ਭਾਈਆਂ 20 ਸਾਲਾਂ ਦੀ ਹੋ ਗਈ ਅੱਛਾ ਛੋਟੀ ਹੈ ਤੇ ਤੁਹਾਨੂੰ ਬੱਚੇ ਸਮਝਾਉਂਦੇ ਨਹੀਂ ਕਿ ਤੁਸੀਂ ਇਹ ਜਿਹੜੀਆਂ ਹੁਣ ਲੜਾਈ ਝਗੜਾ ਕਰਦੇ ਹੋ ਹਰਕਤਾਂ ਕਰਦੇ ਹੋ ਨਹੀਂ ਕਹਿੰਦੇ ਨੇ ਉਹ ਕਹਿੰਦੇ ਨੇ ਛੋਟੇ ਬੱਚੇ ਦੇ ਆ ਤਾਂ ਹੁੰਦੀ ਹੈ ਹਰਕਤਾਂ ਤੁਸੀਂ ਜਿਹੜੇ ਆਪ ਨੂੰ ਲੱਗੇ ਰਹਿੰਦੇ ਤੇ ਫਿਰ ਤੁਸੀਂ ਕੀ ਕਹਿੰਦੇ ਹੋ ਫਿਰ ਆ ਹੀ ਕਹਿੰਦੇ ਨੇ ਉਹ ਕਹਿੰਦੇ ਅੱਛਾ ਇਹ ਕੀ ਕਹਿੰਦੇ ਤੁਸੀਂ ਮੈਂ ਕਿ ਇਹੀ ਕਹਿਣਾ ਕਿ ਨਹੀਂ ਯਾਰ ਮੈਂ ਉਤਨਾ ਪਿਆਰ ਕਰਨਾ ਉਹ ਜਿਹੜੀ ਵੀ ਗੱਲ ਕਰੇਗੀ ਮੈਨੂੰ ਆਮੀਨ ਮੈਂ ਦੀ ਹਰ ਗੱਲ ਮੰਨਾਂਗਾ ਕਿਉਂਕਿ ਮੈਂ ਮੁਹੱਬਤ ਕੀਤੀ ਹੈ ਮੈਂ ਸਾਰੀ ਜ਼ਿੰਦਗੀ ਮੁਹੱਬਤ ਕਰਦਾ ਰਵਾਂਗਾ ਠੀਕ ਹੈ ਤੇ ਮੈਂ ਪੈਗਾਮ ਵੀ ਇਹੀ ਦਾਂਗਾ ਕਿ ਜੀਵਨ ਸਾਥੀ ਜਿਹੜਾ ਹੁੰਦਾ ਨਾ ਉਹਦੇ ਵਰਗਾ ਰਿਸ਼ਤਾ ਕੋਈ ਨਹੀਂ ਉਹਨੇ ਸੁੱਖ ਚ ਦੁੱਖ ਚ ਬੱਚੇ ਵੀ ਸਾਥ ਛੱਡ ਜਾਂਦੇ ਨੇ ਪਰ ਉਹ ਨਹੀਂ ਛੱਡਦਾ ਜੇ ਸੱਚਾ ਪਿਆਰ ਹੋਵੇ ਤੇ ਤੇ ਇਹ ਜਿਹੜਾ ਝੂਠਾ ਪਿਆਰ ਹੈ ਇਹ ਨਾ ਕਰੋ ਇਹ ਨਹੀਂ ਹੋਣਾ ਵੀ ਨਹੀਂ ਚਾਹੀਦਾ ਸੱਚਾ ਪਿਆਰ ਕਰੋ ਦੁਨੀਆਂ ਤੇ ਹੋਰ ਤੁਸੀਂ ਕੁਝ ਨਹੀਂ ਲੈ ਕੇ ਜਾਣਾ ਜਦੋਂ ਜਾਣਾ ਹੈ ਖਾਲੀ ਹੱਥ ਜਾਣਾ ਹੈ ਠੀਕ ਹੈ ਨਾ ਤੇ ਇੱਕ ਇਨਸਾਨੀਅਤ ਦੇ ਨਾਤੇ ਵੀ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤੇ ਸੱਚਾ ਕਰੋ ਝੂਠਾ ਨਾ ਕਰੋ ਲੇਕਿਨ ਬੈ ਲੜਾਈ ਝਗੜਾ ਹੁੰਦਾ ਸੀ ਜਿਸ ਦਿਨ ਮੇਰੇ ਅੰਮੀ ਆਪ ਬਹੁਤ ਹੋ ਗਈ ਲੈਣਾ ਉਸ ਤੋਂ ਬਾਅਦ ਬਹੁਤ ਹੀ ਜ਼ਿਆਦਾ ਕਰਨ ਲੱਗੇ ਖਿਆਲ ਵੀ ਪਿਆਰ ਵੀ ਹਰ ਚੀਜ਼ ਦਾ ਮੈਂ ਮੂਜੇ ਜੋ ਕਰਨਾ ਕਹਿਣਾ ਹੈ ਮੈਂ ਕਹਾਂ ਠੀਕ ਉਹ ਤੁਹਾਨੂੰ ਹੁਣ ਖਾਮਤ ਦਾ ਵੀ ਪਿਆਰ ਦੇ ਰਹੇ ਨੇ ਤੇ ਅੰਮੀ-ਅੱਪੂ ਦਾ ਵੀ ਦੇ ਰਹੇ ਨੇ हां जी बच्चे शौक मेरे कुछ टाइम गुस्से ਹੁੰਦੇ ਨੇ ਬੋਲਦੇ ਨੇ ਉਹ ਕਹਿੰਦਾ ਨਹੀਂ ਮੈਨੂੰ ਪਿਆਰ ਵੀ ਕਰਨਾ ਕਿਉਂਕਿ ਉਹਦਾ ਮਾਂ ਪਿਓ ਵੀ ਨਹੀਂ ਹੈਗਾ ਤੇ ਇਸ ਲਈ ਮੈਨੂੰ ਬੇ ਮੈਂ ਆਪਣੀ ਕਿਸਮਤ ਤੇ ਬੜਾ ਖੁਸ਼ ਆ ਮੈਨੂੰ ਐਡੀ ਚਿੱਟੀ ਬੁੱਢੀ ਲੱਭ ਗਈ ਨਹੀਂ ਤੇ ਬਾਜੀ ਮੈਨੂੰ ਤਾਂ ਕੋਈ ਰਾਹ ਨਹੀਂ ਦਿੰਦਾ ਅੱਛਾ ਉਹ ਮੇਰੇ ਹਾਲਾਤ ਨੇ ਅੱਛਾ ਜੀ ਤੇ ਐਡੀ ਮਹਿੰਗਾਈ ਦੇ ਦੌਰ ਵਿੱਚ ਮੈਨੂੰ ਐਡੀ ਚੰਗੀ ਬੁੱਢੀ ਲੱਭੀ ਹੋਈ ਮੈਂ ਤਾਂ ਕਹਿੰਦਾ ਕਿ ਅੱਲਾਹ ਪਾਕ ਤੇਰਾ ਲੱਖ ਲੱਖ ਬਰੀ ਸ਼ੁਕਰ ਹੈ ਤੇਰਾ ਨਹੀਂ ਤੁਹਾਡੀ ਬੁੱਢੀ ਠੀਕ ਹੈ ਜੇ ਮਤਲਬ ਫਰਜ਼ ਕਰੋਗੇ ਰਸਤਾ ਜਿੱਥੇ ਥੱਕ ਵੀ ਜਾਏ ਤਾਂ ਕੁਛੜ ਵੀ ਚੁੱਕ ਲੈਂਦੇ ਹਾਂ ਹਾਂਜੀ ਮੈਂ ਚੁੱਕ ਲੈਣਾ ਸਰ ਮੈਂ ਚੁੱਕ ਲੈਣਾ ਤੇ ਇਹਨਾਂ ਦੇ ਕਈ ਫਾਇਦੇ ਨੇ ਮੈਨੂੰ ਹਕੀਕੇ ਤੇ ਚੁੱਕ ਲੈਂਦੇ ਨੇ ਮੈਨੂੰ ਇਹਨਾਂ ਦੇ ਕਈ ਫਾਇਦੇ ਨੇ ਇਹਨਾਂ ਨੂੰ ਛੋਟ ਵੀ ਛੋਟਾ ਆ ਜਾਂਦਾ ਪੂਰਾ ਠੀਕ ਹੈ ਇਹਨਾਂ ਨੂੰ ਜੁੱਤੀ ਵੀ ਬੱਚਿਆਂ ਲਈ ਆ ਜਾਂਦੀ ਤੇ ਪਾਲਰ ਵੀ ਨਹੀਂ ਜਾਂਦੇ ਉਸ ਤੋਂ ਬਾਅਦ ਪਾਲਰ ਵੀ ਨਹੀਂ ਜਾਂਦੇ ਨਹੀਂ ਮੈਂ ਨਹੀਂ ਕਦੀ ਗਈ ਸਿਰਫ ਇਹ ਚੀਜ਼ ਬੜੀ ਦਿਰ ਬਾਅਦ ਮੈਂ ਛੋਟੀ ਬੈਠੀ ਸੀ ਤੇ ਮੇਰੇ ਜੇੜ ਦੀ ਸ਼ਾਦੀ ਸੀ ਉਦੋਂ ਬਨਵਾਈ ਸੀ ਤੇ ਮੈਂ ਪਾਲਰ ਨਹੀਂ ਜਾਂਦੀ ਮਤਲਬ ਅਸੀਂ ਕਹਿ ਸਕਨੇ ਕਿ ਤੁਹਾਡਾ ਹੁਸਨ ਜਿਹੜਾ ਕੁਦਰਤੀ ਹੈ ਹਾਂਜੀ ਸ਼ੁਕਰ ਹੈ ਅੱਲਾ ਪਾਕ ਰੱਬ ਲੈ ਮੈਨੂੰ ਮਿਲਿਆ ਹੋਇਆ ਇਹ ਮੇਰੀ ਮੁਹੱਬਤ ਨਾ ਚਮਕਦੀ ਤੇ ਮੇਰੀ ਮੁਹੱਬਤ ਚਮਕਦੀ ਪਈ ਅੱਛਾ ਹਾਂਜੀ ਜੇ ਇਹ ਵੀ ਮੇਰੇ ਤੇ ਇੰਨਾ ਪਿਆਰ ਕਰਨ ਤੇ ਮੈਂ ਵੀ ਚਮਕਾਂ ਜਦੋਂ ਤੁਸੀਂ ਇਹਨਾਂ ਨੂੰ ਪਹਿਲੀ ਵਾਰੀ ਆਫਰ ਕੀਤਾ ਜਦੋਂ ਪਹਿਲੀ ਵਾਰੀ ਆਫਰ ਕੀਤਾ ਤੇ ਇਹਨਾਂ ਨੇ ਫਿਰ ਤੁਹਾਨੂੰ ਕੋ ਕੀ ਕਿਹਾ ਅਸੀਂ ਉਹ 14 ਸਾਲਾਂ ਸਾਡੇ ਨੇ ਨਹੀਂ ਕਿਹਾ ਕਿ ਤੈਨੂੰ ਹਿਆ ਨਹੀਂ ਆਉਂਦੀ ਇਹੋ ਜੀ ਗੱਲ ਕਰਦੇ ਆ ਨਹੀਂ ਬੱਚੇ ਸੀਗੇ ਬੱਚੇ ਸੀ ਅਸੀਂ ਕਜ਼ਨ ਸੀਗੇ ਤਾਂ ਮੈਂ ਇਹਨਾਂ ਨੂੰ ਪਹਿਲੀ ਦਫਾ ਕਿਹਾ ਤੇ ਇਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਇਹਨਾਂ ਦੇ ਭਾਈ ਦੀ ਸਾਹ ਹਾਂਜੀ ਹਸੇ ਨੇ ਤੇ ਮੈਂ ਕਿਹਾ ਸ਼ਾਇਦ ਅੱਲਾ ਸੁਣ ਲੇਗਾ ਹੁਣ ਅਸ ਜਾਗ ਪਈ ਮੇਰੀ ਤੇ ਫਿਰ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਇਹ ਇਜ਼ਹਾਰ ਕਰਨ ਤੋਂ ਕਿੰਨੀ ਕੁ ਦੇਰ ਬਾਅਦ ਤੁਹਾਨੂੰ ਫਾਂਸੀ ਹੋ ਗਈ ਇਹ ਇਜ਼ਹਾਰ ਕਰਨ ਤੋਂ ਬਾਅਦ ਫਾਂਸੀ ਤੇ ਨਹੀਂ ਮੈਂ ਇਹਨੂੰ ਕਹਿ ਸਕਦਾ ਉਹ ਕਹਿ ਸਕਦੇ ਨੇ ਕਿ ਇਹ ਫਾਂਸੀ ਮੈਨੂੰ ਹੋਈ ਹੋਈ ਹੈ ਤੇ ਇਹ ਨਹੀਂ ਕਹਿ ਰਹੇ ਇਜ਼ਹਾਰ ਕਰ ਕੈਮਰੇ ਅੱਗੇ ਤਨੀ ਕਹਿ ਰਹੇ ਤੇ ਵੈਸੇ ਕਹਿੰਦੇ ਨੇ ਮੈਕੈਨਿਕ ਨਹੀਂ ਹੈ ਘਾਰ ਹਾਂ ਨਹੀਂ ਮੈਂ ਘਰ ਵੀ ਨਹੀਂ ਜਾਂਦੀ। ਲੇਕਿਨ ਤੁਸੀਂ ਕਹਿ ਰਹੇ ਸੀ। ਮੈਂ ਕਹਿੰਦੀ ਸ਼ੁਕਰ ਹੈ ਅੱਲਾਹ ਦਾ ਮੈਨੂੰ ਇਹੋ ਜਿਹਾ ਮਿੰਨਿਆ ਜੀ ਮਿਲ ਸਾਥੀ। ਹਾਂ ਜੀ ਮੈਂ ਸਦਕੇ ਜਾਵਾਂ। ਤੇ ਇਹ ਹਾਰ ਕਰਨ ਤੋਂ ਬਾਅਦ ਕੋਈ ਸਾਨੂੰ 14 ਸਾਲ ਉਮਰ ਸੀਗੀ। ਉਸ ਤੋਂ ਬਾਅਦ 6 ਮਹੀਨੇ ਬਾਅਦ ਕਾਰਤਿਆਂ ਨੇ, ਸ਼ਾਦੀ ਕਰ ਦਿੱਤੀ। ਸਾਰੇ ਖੁਸ਼ ਹੋ ਗਏ ਸੀ। ਹਾਂ ਜੀ ਤੇ ਮੇਰੀ ਕੀਤੀ ਮੇਰੇ ਨਾਲ। ਲੇਕਿਨ ਅਗਰ ਉਹ ਨਾ ਕਰਦੇ ਤਾਂ ਤੁਸੀਂ ਦੌੜ ਜਾਣਾ ਸੀ ਯਕੀਨਨ। ਨਹੀਂ ਨਹੀਂ ਦੌੜਨਾ ਕੀ ਸੀ ਅਸੀਂ। ਕਾਰ ਹੀ ਦੇਣੀ ਸੀਗੀ ਜਿਹਾ ਹੋ ਜੇ ਮੈਂ ਆ ਚੱਕਰ ਲਾਣ ਲੱਪਿਆ ਸੀ ਉਹਨਾਂ ਨੇ ਕਾਰ ਹੀ ਦੇਣੀ ਸੀ। ਅੱਛਾ। ਨਾਜ਼ਰੀਨ ਬੜੀ ਮੈਂ ਜੀ ਇਹਨਾਂ ਦੀਆਂ ਗੱਲਾਂ ਸੁਣੀਆਂ ਜਦੋਂ ਉਹਨਾਂ ਨੇ ਦੱਸਿਆ ਨਾ ਜੀ ਮੇਰਾ ਖਾਵਾ ਦਾ ਮੇਰੇ ਤੋਂ ਸਵਾ ਮਹੀਨਾ ਛੋਟਾ ਹੈ ਔਰ ਲਵ ਮੇਰੇ ਸ਼ਾਦੀ ਹੈ ਔਰ ਇਹਨਾਂ ਦਾ ਇਹ ਬੜਾ ਇੱਕ ਦੋਸਤਾਨਾ ਜਿਹੜਾ ਮਤਲਬ ਮੀਆਂ ਬੀਵੀ ਵਾਲਾ ਜਿਹੜਾ ਰਿਸ਼ਤਾ ਹੈ ਬੜਾ ਦੋਸਤਾਨਾ ਹੈ ਔਰ ਬੜਾ ਹੀ ਖੁਸ਼ਖਲਾਕ ਦੋਵੇਂ ਔਰ ਅੱਲਾਹ ਤਾਲਾ ਹਮੇਸ਼ਾ ਇਹਨਾਂ ਨੂੰ ਇਸ ਤਰ੍ਹਾਂ ਹੀ ਰੱਖੇ ਸਾਡੀਆਂ ਦੁਆਵਾਂ ਨੇ ਔਰ ਅਗਰ ਲਵ ਕਰਨਾ ਚਾਹੀਦਾ ਪਸੰਦੀਦਗੀ ਦਾ ਹੱਕ ਵੀ ਹੈ ਔਰ ਸ਼ਾਦੀ ਵੀ ਕਰਨੀ ਚਾਹੀਦੀ ਹੈ ਔਰ ਫਿਰ ਸ਼ਾਦੀ ਕਰਕੇ ਉਹਨੂੰ ਇਸ ਤਰ੍ਹਾਂ ਹੀ ਨਿਭਾਉਣਾ ਚਾਹੀਦਾ ਹੈ ਇਹਨਾਂ ਦੇ ਜਿਹੜੇ ਹਾਲਾਤ ਨੇ ਕਿਉਂਕਿ ਅੱਜ ਵੀ ਕਿਸੇ ਆਪਣੀ ਪ੍ਰੋਬਲਮ ਵਾਸਤੇ ਰਾਣਾ ਸਾਹਿਬ ਕੋਲ ਆਏ ਸਨ ਲੇਕਿਨ ਉਹਦੇ ਹਾਲਾਤ ਕੋਈ ਢੇ ਅੱਛੇ ਨਹੀਂ ਲੇਕਿਨ ਉਹ ਆਪਣੀ ਜ਼ਿੰਦਗੀ ਚ ਬਹੁਤ ਖੁਸ਼ ਨੇ ਅੱਛਾ ਜੀ ਕਦੀ ਐਸਾ ਗਰੀਬੀ ਦਰਮਿਆਨ ਦੇ ਵਿੱਚ ਮੁਹੱਬਤ ਚ ਉਹਦੀ ਵਜ੍ਹਾ ਤੋਂ ਗੁਦਰਾੜਤ ਨਹੀਂ ਆਈ ਕਿ ਬੰਦਾ ਪਛਤਾ ਰਿਹਾ ਹੋਵੇ ਕਿ ਭਈ ਇਹ ਗੁਰਬਤ ਮੈਂ ਕਿਸੇ ਹੋਰ ਬੰਦੇ ਨਾਲ ਕੀਤਾ ਹੁੰਦਾ ਉਹਦੀ ਵਜ੍ਹਾ ਕਿ ਮੈਂ ਮਜ਼ਦੂਰ ਹਾਂ ਤੇ ਮੇਰੀ ਬੀਵੀ ਨੇ ਨਾ ਮੇਰਾ ਬੜਾ ਸਾਥ ਦਿੱਤਾ ਮਰਤੇ ਗੁਰਬਤ ਵੀ ਆ ਗਈਏ ਕਿਸ ਟਾਈਮ ਨਹੀਂ ਵੀ ਘਰ ਰੋਟੀ ਪੱਕੀ ਨਾ ਤੇ ਇਹਨੇ ਕਹੇ ਸ਼ੁਕਰ ਹੈ ਅੱਲਾ ਦਾ ਕਿ ਤੁਸੀਂ ਮੇਰੇ ਨਾਲ ਹੋ ਤੇ ਜੇ ਅਸੀਂ ਦੋ ਦਿਨ ਚੰਗੀ ਖਾਧੀ ਇੱਕ ਦਿਨ ਨਹੀਂ ਵੀ ਖਾਵਾਂਗੇ ਨਾ ਤੇ ਕੋਈ ਗੱਲ ਨਹੀਂ ਤੇ ਇਸ ਵਜ੍ਹਾ ਤੋਂ ਨਾ ਜਿਹੜਾ ਮੈਨੂੰ ਅ ਅੱਛੇ ਲੱਗਦੇ ਨੇ ਕਿ ਮੇਰਾ ਗਰੀਬੀ ਦੇ ਵਿੱਚ ਵੀ ਇਹਨਾਂ ਨੇ ਸਾਥ ਨਹੀਂ ਛੱਡਿਆ ਤੇ ਇੱਕ ਗਰੀਬੀ ਐਸੀ ਚੀਜ਼ ਹੈ ਕਿ ਇਹਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਤੁਹਾਡਾ ਆਪਣਾ ਕਿਹੜਾ ਤੇ ਤੁਹਾਡਾ ਬਗਾਨਾ ਕਿਹੜਾ ਵੈਲ ਡਨ ਵੈਲ ਡਨ ਅਬੜਾ ਅੱਛਾ ਮੈਸੇਜ ਹੈ ਜੀ ਲੋਕਾਂ ਵਾਸਤੇ ਅੱਛੇ ਜਿੱਥੇ ਦਿਨ ਗੁਜ਼ਰਦੇ ਨੇ ਬੁਰੇ ਵੀ ਉੱਥੇ ਹੀ ਗੁਜ਼ਾਰਨੇ ਚਾਹੀਦੇ ਨੇ ਨਾ ਕਿ ਬੁਰੇ ਜਿਹੜੇ ਦਿਨ ਨੇ ਉਹਨਾਂ ਨੂੰ ਕੋਸਣਾ ਸ਼ੁਰੂ ਕਰ ਦੇਣਾ ਚਾਹੀਦਾ ਸੋ ਇਹ ਵੇ ਕਿ ਰਾਣਾ ਸਾਹਿਬ ਕੀ ਤੁਸੀਂ ਇਹ ਸਾਰੀ ਗੁਫਤਗੂ ਆਪਣੇ ਮਹਿਮਾਨਾਂ ਦੀ ਸੁਣੀ ਕੀ ਇਸ ਹਵਾਲੇ ਦਾ ਪੈਗਾਮ ਦੇ ਹੋ ਮੈਂ ਇੱਕ ਗੱਲ ਤੇ ਤੇ ਬੜਾ ਖੁਸ਼ ਹੋਇਆ ਕਿ ਅੱਲਾਹ ਤਾਲਾ ਨੇ ਇਨਸਾਨ ਨੂੰ ਪੈਦਾ ਕੀਤਾ ਹੈ ਔਰ ਹਰ ਦੂਸਰੇ ਇਨਸਾਨ ਚ ਇਨਸਾਨ ਨੂੰ ਅੱਲਾਹ ਪਾਕ ਨੇ ਕਸ਼ਿਸ਼ ਦੇ ਕੇ ਭੇਜਿਆ ਹੈ ਕਾਇਨਾਤ ਦਾ ਨਿਜ਼ਾਮ ਜਿਹੜਾ ਉਹ ਮੀਆਂ ਬੀਬੀ ਦੇ ਰਿਸ਼ਤੇ ਨਾਲ ਹੀ ਚੱਲਦਾ ਪਿਆ ਮੈਂ ਇਸ ਚੀਜ਼ ਦਾ ਕਾਇਲਾ ਜੀ ਕਿ ਜਿੰਨਾ ਕਿ ਇਸਲਾਮ ਸਾਡਾ دین ਇਜਾਜ਼ਤ ਦਿੰਦਾ ਹੈ ਮਾਸ਼ਰਾ ਇਜਾਜ਼ਤ ਦਿੰਦਾ ਹੈ ਓਨੀ ਕੇ ਬੱਚਿਆਂ ਨੂੰ ਲਿਬਰਟੀ ਦੇਣੀ ਵੀ ਚਾਹੀਦੀ ਕਿ ਉਹ ਆਪਣੀ ਜ਼ਿੰਦਗੀ ਦੇ ਫੈਸਲੇ ਦੇ ਬਾਰੇ ਆਪਣੇ ਵਾਲਦਿਆਂ ਦੇ ਨਾਲ ਹਲਕੇ ਅਗਾਹ ਕਰ ਲੈਣ ਲੇਕਿਨ ਜਦੋਂ ਤੁਸੀਂ ਇਹ ਰਿਸ਼ਤਾ ਬਣਾਉਂਦੇ ਹੋ ਫਿਰ ਸਮਝੋ ਕਿ ਤੁਸੀਂ ਆਪਣੇ ਮੁਕਦਰਤ ਦਾ ਫੈਸਲਾ ਹੁਣ ਕਰ ਲਿਆ ਹੈ ਫਿਰ ਉਹਨੂੰ ਨਿਭਾਣਾ ਹੈ ਹਰ ਕੀਮਤ ਤੇ ਫਿਰ ਇਹ ਪਿਆਰ ਦੇ ਬੋਲ ਜਿਹੜੇ ਨੇ ਉਹਨੂੰ عقیدਤ ਤੇ ਇੱਜ਼ਤ ਰਾਮ ਔਰ ਇਬਾਦਤ ਦਾ ਹਿੱਸਾ ਸਮਝ ਕੇ ਫਿਰ ਜ਼ਿੰਦਗੀ ਸਫਰ ਹੈ ਕਦੀ ਹਨੇਰਾ ਆ ਜਾਣਾ ਹੈ ਕਦੀ ਟੋਏ ਆ ਜਾਣੇ ਨੇ ਕਦੀ ਖੁਸ਼ੀਆਂ ਕਦੀ ਕਮੀਆਂ ਜਿਹੜਾ ਇਨਸਾਨ ਦੁਨੀਆ ਤੇ ਆਇਆ ਉਸੇ ਦਾ ਰਿਜ਼ਕ ਵੀ ਮਿਲਣਾ ਹੈ ਉਹ ਦੇਰ ਸਵੇਰ ਮੇਰੇ ਮਾਲਕ ਕੋਲੇ ਤੇ ਭਲੇ ਸੋ ਭਲੀ ਦੁਨੀਆ ਤੇ ਭਲੇ ਸੋ ਭਲੇ ਦੁੱਖ ਨੇ ਫਿਰ ਇਸ ਰਿਸ਼ਤੇ ਨੂੰ ਨਿਭਾਣਾ ਫਿਰ ਇਸ ਰਿਸ਼ਤੇ ਦੀ ਦੋਹਾਂ ਘਰਾਂ ਦੀ जी इज़्ज़त है इन्ह दो बच्चों हाथ से आ जाती है तो मैं तो एक गाँव मसूद राणा साहब ने किसी दौर गाया कि सैर खैर से वाले दी सुन डोली वाली है ਜਿਸ ਘਰ ਜਾਈਏ ਲੱਜ ਮਾਪਿਆਂ ਦੀ ਪਾਲੀਏ ਪੁੱਤਰ ਹੋਵੇ ਪੁੱਤਰ ਹੋਵੇ ਭਾਵੇਂ ਕਿਸੇ ਮਲੰਗ ਦਾ ਟਾਂਗੇ ਵਾਲਾ ਖੈਰ ਮੰਗਦਾ ਜਦੋਂ ਜੋੜ ਜੋੜੀਏ ਤੇ ਫਿਰ ਉਹ ਲੱਜ ਨਿਭਾਈਏ ਫਿਰ ਜੀਂਦਿਆਂ ਦੀ ਵੀ ਲੱਜ ਨਿਭਾਈਏ ਤੇ ਫਿਰ ਮੋਇਆਂ ਦੀ ਵੀ ਲੱਜ ਨਿਭਾਈਏ ਫਿਰ ਦੁੱਖ ਵੀ ਸੁੱਖਣਾ ਤੇ ਆਪ ਸੁੱਖ ਵੀ ਦੋ ਬੰਦਿਆਂ ਦਾ ਮਿਲਾਪ ਦੋ ਨਸਲਾਂ ਦਾ ਮਿਲਾਪ ਹੁੰਦਾ ਉਹਨੂੰ ਇੱਜ਼ਤ ਦੇਣੀ ਹੈ ਰਿਸ਼ਤੇ ਦੇ ਨਾਲ ਇhtiram ਦੇਣਾ ਹੈ ਮੈਂ ਇਹਨਾਂ ਦੋਨਾਂ ਤੇ ਬੜਾ ਖੁਸ਼ ਹੋਇਆ ਮਾਲੀ ਹਾਲਾਤ ਦੀ ਕਮਜ਼ੋਰੀ ਦੇ ਬਾਵਜੂਦ ਇਹ ਖੁਸ਼ ਨੇ ਤੇ ਮੈਂ ਸਮਝਣਾ ਕਿ ਐਸੇ ਖੂਬਸੂਰਤ ਔਰ ਦਿਲ ਦੇ उजले लोगों की मुहबत न मुआरे बहाली वास्ते बावकार बहाली वास्ते उन्होंने मदद भी करनी चाहिए है मैं मखईर दोस्तों अगर गुजारिश करा कि मेरे इस दोस्त की मेरे भाई दी ਔਰ ਉਹਨਾਂ ਦੀ ਮਿਸਿਸ ਦੀ ਇਸ ਤਰੀਕੇ ਨਾਲ ਕੋਈ ਮਦਦ ਫਰਮਾਓ ਕਿ ਉਹਨਾਂ ਦਾ ਕੋਈ ਰੋਜ਼ਗਾਰ ਦਾ ਜ਼ਰੀਆ ਬਹਾਲ ਹੋ ਜਾਏ ਜਿਹਦੇ ਚ ਉਹਨਾਂ ਦੀ ਦਾਲ ਦਲੀਆ ਇੱਜ਼ਤ ਨਾਲ ਬੇਟੀਆਂ ਦੇ ਵਾਲਦੈਨ ਨੇ ਕਾ ਸਿਰ ਤੇ ਛੱਤ ਨਹੀਂ ਹੈ ਲੇਕਿਨ ਕਨਾਤ ਪੰਦ ਪਸੰਦ ਔਰ ਅੱਛੇ ਲੋਕ ਨੇ ਔਰ ਮੁਖਲਿਸ ਲੋਕ ਨੇ ਉਹਨੇ ਵੀ ਲਾਜ ਨਿਭਾਈ ਹੈ ਉਹਨੇ ਵੀ ਲਾਜ ਨਿਭਾਈ ਹੈ ਗੁਰਬਤ ਦੀ ਆਖਰੀ ਲਕੀਰ ਨਾਲ ਵੀ ਜ਼ਿੰਦਗੀ ਨਾਲ ਗੁਜ਼ਾਰੀ ਔਰ ਗੁਜ਼ਾਰ ਵੀ ਰਹੇ ਨੇ ਤੇ ਅਗਰ ਉਹਦੇ ਚ ਇੱਕ ਮੁਖਈਰ ਦੋਸਤਾਂ ਵਾਸਤੇ ਬਾਜ਼ ਲਾ ਕੁਝ ਵੀ ਨਹੀਂ ਫਰਕ ਪੈਂਦਾ ਤੇ ਖਾਨਦਾਨ ਬਹਾਲ ਹੋ ਸਕਦਾ ਹੈ ਤੇ ਲਿਆਜ਼ਾ ਇਹ ਪਰਜ਼ੋਰ ਗੁਜ਼ਾਰਿਸ਼ ਕੀਤੀ ਜਾਂਦੀ ਹੈ ਤੇ ਇਹਨਾਂ واسੇ ਬੇਸ਼ੁਮਾਰ ਦੁਆਵਾਂ ਨੇ ਸਾਡੀਆਂ ਅੱਲਾਹ ਨੇ ਉਹ ਸਿਹਤ ਵੀ ਦੇਵੇ ਔਰ ਜ਼ਿੰਦਗੀ ਚ ਕਾਮਯਾਬ ਰੱਖੇ ਔਰ ਜਿਹੜੀਆਂ ਨਦੀ ਸਾਬਜ਼ਾਦੀਆਂ ਹਲੇ ਸ਼ਾਦੀ ਦੇ ਮਾਮਲੇ ਚ ਗੁਜ਼ਰਨਾ ਹੈ ਉਹਦੇ ਚ ਅੱਲਾਹ ਤਾਲਾ ਇਹਨਾਂ ਦੀ ਮਦਦ ਫਰਮਾਏ ਬਹੁਤ ਸ਼ੁਕਰੀਆ ਜੀ ਆ আমিন ਸੁਬਾ ਮਿੰਜੀ ਜਜ਼ਾਕ ਅੱਲਾਹ ਖੈਰ ਅੱਲਾਹ ਤਾਲਾ ਸਭ ਨੂੰ ਤੌਫੀਕ ਦੇਵੇ ਔਰ ਰਾਣਾ ਸਾਹਿਬ ਦਾ ਡੇਰਾ ਜੀ ਵਸਤਾ ਰਵੇ ਜੀ ਅਸੀਂ ਜਦੋਂ ਆਨੇ ਆ ਤੇ ਮੈਂ ਦੋਸਤਾਂ ਨੂੰ ਦੱਸਦਾ ਚੱਲਾਂ ਜੀ ਇਹ ਸਾਡਾ ਮਤਲਬ ਬਸੇਰਾ ਹੁੰਦਾ ਜੀ ਪੜਾਓ ਸਾਡਾ ਇੱਥੇ ਹੁੰਦਾ ਹੈ ਸਾਨੂੰ ਰਾਤ ਨੂੰ ਬੜਾ ਖੂਬਸੂਰਤ ਖਾਣਾ ਮਿਲਦਾ ਹੈ ਸਵੇਰ ਹਾਣਾ ਸਾਹਿਬ ਜਨਾਬ ਆਪਣੇ ਘਰੋਂ ਜਿਹੜਾ ਹੈ ਉਹ ਸਾਡੇ ਵਾਸਤੇ ਨਾਸ਼ਤਾ ਬਿਹਤਰੀਨ ਲੈ ਕੇ ਆਂਦੇ ਨੇ ਹत्ता ਕੇ ਘਰ ਦਾ ਦੇਸੀ ਘਿਓ ਮੱਖਣ ਔਰ ਆਪਣੇ ਹੱਥਾਂ ਨਾਲ ਸਾਨੂੰ ਕਈ ਦਫਾ ਜਿੰਨੀ ਦਫਾ ਚਾਏ ਔਰ ਆਪਣੇ ਹੱਥਾਂ ਨਾਲ ਇਹਨਾਂ ਕੋਲ ਬਹੁਤ ਸਾਰੇ ਇੱਥੇ ਲੋਕ ਵੀ ਲੜਕੇ ਕੰਮ ਕਰਦੇ ਨੇ لیکن ਇਹ ਜਨਾਬ ਆਪਣੇ ਹੱਥਾਂ ਨਾਲ ਪੁਲਾਉਂਦੇ ਨੇ ਅੱਲਾਹ ਤਾਲਾ ਇਹਨਾਂ ਦੇ ਕਾਰੋਬਾਰ ਚ ਦਿਨ ਦੁਗਣੀ ਔਰ ਰਾਤ ਚੁਗਣੀ ਤਰੱਕੀ عطا فرمਾਏ ਔਰ ਇਹਨਾਂ ਨੂੰ ਸਿਹਤ ਤਰ ਤੰਦਰੁਸਤੀ ਵਾਲੀ ਜ਼ਿੰਦਗੀ عطا ਕਰੇ ਕਿ ਆਪਣੇ ਦੋਸਤਾਂ ਨੂੰ ਇੰਜ ਹੀ ਆਪਣੇ ਹੱਥਾਂ ਨਾਲ ਔਰ ਇਹ ਬਿਲਕੁਲ ਸ਼ੇਵਾਏ ਪਗੰਬਰੀ ਹੈ ਜੋ ਇਹ ਕਰ ਰਹੇ ਨੇ ਅਸੀਂ ਇੱਥੇ ਆਨੇ ਆ ਨਾਲੇ ਨਾਲ ਵਕਤ guzari ਦਾ ਨਾਲੇ ਸਿੱਖੀ ਦਾ ਵੀ ਹੈ ਅੱਜ ਦੀ ਵੀਡੀਓ ਕੈਸੀ ਸੀ ਆਪਣੀ ਤੁਸੀਂ رائے ਜਿਹੜੀ ਉਹਦਾ ਇਜ਼ਹਾਰ ਜ਼ਰੂਰ ਕਰਨਾ ਕਮੈਂਟਸ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਦੇ ਨਾਲ ਹੀ ਤੁਹਾਡਾ ਹੋਸਟ ਬਾਬਰ ਵੇਗ ਚਾਹੇਗਾ ਤੁਹਾਡੇ ਕੋ اجازت ਫਿਰ ਇਨਸ਼ਾਅੱਲਾ ਤੁਹਾਡੀ ਖਿਦਮਤ ਹਾਜ਼ਰ ਹੋਵਾਂਗੇ ਕਿਸੇ ਨਵੇਂ ਵੀਡੀਓ ਨਾਲ ਉਦ ਤੱਕ اجازت ਦਿਓ ਪਾਕਿਸਤਾਨ ਜ਼ਿੰਦਾਬਾਦ